ਸਤਿ ਸ਼੍ਰੀ ਅਕਾਲ ਦਾ ਪੰਜਾਬ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ। ਸ਼੍ਰੋਮਣੀ ਅਕਾਲੀ ਦਲ ਦੀ ਹਰ ਇੱਕ ਰੈਲੀ ਦੇ ਵਿੱਚ ਅੱਜ ਕੱਲ੍ਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇੱਕੋ ਗੱਲ ਕਹਿੰਦੇ ਦਿਖਾਈ ਦਿੰਦੇ ਨੇ ਕਿ ਪੰਜਾਬ ਦੀ ਅਮਨ ਸ਼ਾਂਤੀ ਖਤਰੇ ਦੇ ਵਿੱਚ ਹੈ ਅਤੇ ਇਸ ਲਈ ਉਹ ਕੁਰਬਾਨੀ ਦੇਣ ਦੇ ਲਈ ਤਿਆਰ ਨੇ। ਇਸ ਦਾ ਜਵਾਬ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਹੈ। ਉਹਨਾਂ ਦਾ ਤਾਂ ਕਹਿਣਾ ਹੈ ਕਿ ਬਾਦਲ ਦੀ ਕੁਰਬਾਨੀ ਮੰਗਦਾ ਕੌਣ ਹੈ। ਇੱਕ ਗੱਲ ਬਿਆਨ ਦਿੱਤਾ ਬਾਦਲ ਸਾਹਿਬ ਨੇ, ਜੇ ਮੈਨੂੰ ਸੁਖਬੀਰ ਬਾਦਲ ਦੀ ਵੀ ਕੁਰਬਾਨੀ ਦੇਣੀ ਪਈ ਤਾਂ ਮੈਂ ਤਿਆਰ ਹੈਗਾ ਹਾਂ। ਇਸ ਰਿਲੇਟਡ ਉਹ ਬਿਆਨ ਮੰਗਦਾ ਕੌਣ ਹੈ, ਕੁਰਬਾਨੀ ਮੰਗਦਾ ਕੌਣ ਹੈ? ਬਾਰ ਬਾਰ ਇੱਕ ਬਿਆਨ ਦਿੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ, ਪੰਜਾਬ ਦਾ ਮਾਹੌਲ ਖਰਾਬ ਹੈ। ਕੈਸੇ ਖਰਾਬ ਹੋ ਰਿਹਾ? ਪੰਜਾਬ ਤੋਂ ਜਿੰਨੀ ਡਿਵੈਲਪਮੈਂਟ ਹੋ ਰਹੀ ਹੈ ਹੁਣ ਇੱਥੇ ਤੁਹਾਡੇ ਜ਼ੀਰਕਪੁਰ 'ਚ, ਇੰਨੇ ਸਾਲਾਂ ਤੋਂ ਜ਼ਿਆਦਾ ਅਕਾਲੀ ਸੀ, ਇੱਕ ਬਿਲਡਿੰਗ ਨਹੀਂ ਬਣੀ, ਵਿਕੀ ਕਿਉਂ ਰੱਖੀ ਹੈ। ਇਹਨਾਂ ਦਾ ਕੰਮ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦਾ ਮਨ ਰਣਜੀਤ ਸਿੰਘ ਕਮਿਸ਼ਨ ਤੋਂ ਹਟੇ, ਐਂਡ ਵੀ ਆਰ ਨੋਟ ਇੰਟਰਸਟਿਡ ਦੈਟ, ਵੀ ਆਰ ਇੰਟਰਸਟਿਡ ਇਨ ਆਰ ਓਨ ਪੋਲੀਟਿਕਸ ਐਂਡ ਨੈਚੁਰਲੀ ਐਜ਼ ਅ ਪੋਲੀਟੀਕਲ ਪਾਰਟੀ ਸਾਨੂੰ ਆਪਣੀ ਰੈਲੀਜ਼ ਕਰਨੀਆਂ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬੇਅਦਬੀ ਕਾਂਡ ਦੀ ਜਾਂਚ ਦੇ ਲਈ ਹੁਣ ਇੱਕ SIT ਬਣਾਈ ਗਈ ਹੈ, ਜਦਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਇਹ ਕਿਹਾ ਗਿਆ ਸੀ ਕਿ ਇਹ SIT ਸਮਾਂਬੱਧ ਜਾਂਚ ਕਰੇਗੀ, ਪਰ ਹੁਣ ਉਹ ਇਸ ਗੱਲ ਤੋਂ ਮੁੱਕਰਦੇ ਦਿਖਾਈ ਦੇ ਰਹੇ ਨੇ। ਇਸ ਲਈ SIT ਜਿਹੜੀ ਹੈ ਇਹਦਾ ਕੋਈ ਟਾਈਮ ਬਾਊਂਡ ਹੋਏਗਾ ਕਾਰਵਾਈ ਕਰਨ ਦਾ? ਨੈਚੁਰਲੀ ਟਾਈਮ ਨਹੀਂ ਤੁਸੀਂ SIT 'ਤੇ ਲਾ ਸਕਦੇ। ਅੱਛਾ ਜੀ, ਬਟ ਦੇ ਆਰ ਆਲ ਵੈਰੀ ਸੀਨੀਅਰ ਪੀਪਲ ਐਂਡ ਦੇ ਨੋ ਦੀ ਪਰਪਸ, ਉਹਦਾ ਹੁਣ ਇੱਕ ਵਾਰ ਸਟਾਰਟ ਹੋ ਜਾਏਗਾ ਕੰਮ। ਮੈਂ ਕਹਿ ਰਿਹਾ ਸੀ ਕਿ ਅਸੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਲਾਵਾਂਗੇ ਸਪੀਕਰ ਸਾਹਿਬ, ਔਰ ਉਹਦੇ ਵਿੱਚ ਟਾਈਮ ਬਾਊਂਡ ਵੀ ਵਿਲ ਮੇਕ ਇਟ ਐਂਡ ਆਈ ਹੋਪ ਵੀ ਵਿਲ ਬੀ ਏਬਲ ਟੂ ਜੈਸੇ ਜਸਟਿਸ ਇਹਨਾਂ ਦਾ ਹੋਏਗਾ। ਕੈਪਟਨ ਅਮਰਿੰਦਰ ਸਿੰਘ ਦੇ ਇਹਨਾਂ ਬਿਆਨਾਂ ਤੋਂ ਬਾਅਦ ਹੁਣ ਵਿਰੋਧੀ ਪਾਰਟੀਆਂ ਸਰਕਾਰ ਤੇ ਹਮਲਾਵਰ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਾਣ ਬੁੱਝ ਕੇ ਬਾਦਲਾਂ ਨੂੰ ਬਚਾ ਰਹੇ ਨੇ। ਜਿਹੜੀਆਂ ਤੁਸੀਂ ਪੋਲ ਖੋਲ ਰੈਲੀਆਂ ਕਰ ਰਹੇ ਹੋ ਨਾ, ਬਾਦਲ ਇੱਕ ਪਾਸੇ ਕਰਦਾ, ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਐਲਾਨ ਕਰਤਾ ਵੀ ਮੈਂ ਲੰਬੀ ਜਾ ਕੇ ਇਹਨਾਂ ਦੀ ਪੋਲ ਖੋਲੂੰਗਾ। ਇਹ ਪੋਲ ਇਸ ਗੱਲ ਦੀ ਖੋਲਣ ਦੋਨੋਂ ਜਾਣੇ ਵੀ ਇਹਨਾਂ ਦੀ ਆਪਸ ਦੇ ਵਿੱਚ ਸੰਧੀ ਕੀ, ਆਪਸ 'ਚ ਕਨੈਕਸ਼ਨ ਕੀ ਹੈ, ਇਹਨਾਂ ਆਪਸ ਦੇ ਵਿੱਚ ਕਿਵੇਂ ਇੱਕ ਦੂਜੇ ਨੂੰ ਬਚਾਉਂਦੇ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਬਰਗਾੜੀ ਵਰਗੇ ਅਤਿਅੰਤ ਗੰਭੀਰ ਮਸਲਿਆਂ ਦੇ ਉੱਤੇ ਬਚਾਉਣ ਦੇ ਯਤਨਾਂ ਦੇ ਵਿੱਚ ਹੈ। ਬਾਦਲਾਂ ਨੂੰ ਬਚਾਉਣ ਵਾਲੇ ਪਾਸੇ ਨੂੰ ਤੁਰ ਪਏ, CBI ਨੂੰ ਕੇਸ ਦਿੱਤਾ ਹੋਇਆ CBI ਤੋਂ ਵਾਪਸ ਬਣਾਉਣ ਦਾ, ਪਹਿਲਾਂ ਹੀ ਆਲਰੇਡੀ ਜੇਬ ਦੇ ਵਿੱਚ ਮਤਾ ਟਾਈਪ ਕਰਕੇ ਪਾ ਕੇ ਲੈ ਕੇ, ਮਤਲਬ ਕਿ ਨੌਟੰਕੀ ਕੀਤੀ ਹੈ ਸਿਰਫ ਤੇ ਸਿਰਫ ਬਾਦਲਾਂ ਨੂੰ ਬਚਾਉਣ ਵਾਸਤੇ, ਵੀ ਬਾਦਲਾਂ ਦੀ ਚਮੜੀ ਨੂੰ ਸੇਕ ਨਾ ਲੱਗ। ਅੱਜ ਕੱਲ੍ਹ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਸ਼ਬਦ ਬਹੁਤ ਮਸ਼ਹੂਰ ਹੋ ਚੁੱਕਾ ਹੈ ਅਤੇ ਉਹ ਹੈ ਸ਼ਬਦ ਕੁਰਬਾਨੀ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਕਸਰ ਹੀ ਆਪਣੀਆਂ ਰੈਲੀਆਂ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਕਾਂਗਰਸ ਦੀ ਸਰਕਾਰ ਆਉਣ ਦੇ ਕਰਕੇ ਖਤਰੇ ਦੇ ਵਿੱਚ ਹੈ ਅਤੇ ਇਸ ਦੀ ਬਹਾਲੀ ਲਈ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਕੁਰਬਾਨੀ ਵੀ ਦੇ ਸਕਦੇ ਨੇ। ਇਸ ਦਾ ਜਵਾਬ ਦਿੰਦਿਆਂ ਹੁਣ ਮੁੱਖ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਜਵਾਬ ਦਿੱਤਾ ਹੈ। ਉਹਨਾਂ ਦਾ ਤਾਂ ਕਹਿਣਾ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਬਿਲਕੁਲ ਬਹਾਲ ਹੈ ਅਤੇ ਪੰਜਾਬ ਤਰੱਕੀ ਦੇ ਰਾਹ ਤੇ ਹੈ। ਪਹਿਲਾਂ ਅਜਿਹੇ ਸ਼ਬਦ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਵਰਤੇ ਜਾਂਦੇ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿੰਦੇ ਸਨ ਕਿ ਪੰਜਾਬ ਪਿੱਛੇ ਜਾ ਰਿਹਾ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਇਹ ਗੱਲਾਂ ਕਹਿੰਦਾ ਦਿਖਾਈ ਦੇ ਰਿਹਾ, ਜਦਕਿ ਇੱਥੇ ਕੈਪਟਨ ਅਮਰਿੰਦਰ ਸਿੰਘ ਆਪਣੀ ਗੱਲ ਤੋਂ ਮੁੱਕਰਦੇ ਵੀ ਦਿਖਾਈ ਦਿੱਤੇ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ SIT ਗਠਨ ਕਰਨ ਦਾ ਐਲਾਨ ਕੀਤਾ ਗਿਆ ਸੀ, ਉਸ ਵਿੱਚ ਉਹਨਾਂ ਨੇ ਖਾਸ ਤੌਰ ਤੇ ਜ਼ਿਕਰ ਕੀਤਾ ਸੀ ਕਿ ਇਹ SIT ਸਮਾਂਬੱਧ ਜਾਂਚ ਕਰੇਗੀ, ਜਦਕਿ ਹੁਣ SIT ਬਣਾਈ ਹੈ ਪਰ ਉਸ ਦੀ ਸਮਾਂ ਸੀਮਾ ਨਿਸ਼ਚਿਤ ਨਹੀਂ ਕੀਤੀ ਗਈ ਹੈ। ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਇੱਕ ਆਪਣੇ ਹੋਰ ਵਾਅਦੇ ਤੋਂ ਮੁੱਕਰਦੇ ਦਿਖਾਈ ਦੇ ਰਹੇ ਨੇ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਇਹ ਵੀ ਮੰਨਦੇ ਦਿਖਾਈ ਦਿੱਤੇ ਕਿ ਲੰਬੀ ਦੇ ਵਿੱਚ ਕੀਤੀ ਜਾ ਰਹੀ ਪੋਲਖੋਰ ਰੈਲੀ ਬਿਲਕੁਲ ਰਾਜਨੀਤੀ ਖੇਡਣ ਦੇ ਲਈ ਕੀਤੀ ਜਾ ਰਹੀ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਵੀ ਪੋਲਖੋਰ ਰੈਲੀਆਂ ਕਰ ਰਿਹਾ, ਉਧਰ ਹੁਣ ਸਰਕਾਰ ਨੇ ਵੀ ਪੋਲਖੋਰ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ, ਪਰ ਕਾਰਵਾਈ ਦੇ ਨਾਂ ਤੇ ਬੇਅਦਬੀ ਕਾਂਡ ਦੀ ਜੋ ਜਾਂਚ ਹੋਈ ਹੈ, ਰਿਪੋਰਟ ਪੇਸ਼ ਹੋਈ ਹੈ, ਉਸ ਦੇ ਨਾਂ ਤੇ ਕੋਈ ਵੀ ਕਾਰਵਾਈ ਕਿਸੇ ਵੀ ਲੀਡਰ ਤੇ ਜਾਂ ਪੁਲਿਸ ਅਫਸਰ ਤੇ ਹੁੰਦੀ ਦਿਖਾਈ ਨਹੀਂ ਦੇ ਰਹੀ। ਪੰਜਾਬ ਦੇ ਲੋਕਾਂ ਨੂੰ ਜੋ ਵੀ ਉਮੀਦਾਂ ਕੈਪਟਨ ਅਮਰਿੰਦਰ ਸਿੰਘ ਤੋਂ ਸਨ ਉਹ ਢਹਿ ਢੇਰੀ ਹੁੰਦੀਆਂ ਦਿਖਾਈ ਦੇ ਰਹੀਆਂ ਨੇ, ਕਿਉਂਕਿ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਵੀ ਰਾਜਨੀਤੀ ਖੇਡਣ ਦੇ ਵਿੱਚ ਲੱਗਾ ਹੋਇਆ ਅਤੇ ਇਸ ਨੂੰ ਕਬੂਲਣ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਕੋਈ ਵੀ ਝਿਜਕ ਨਹੀਂ ਹੈ। ਸ਼ਰੇਆਮ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਿਹਾ ਜਾ ਰਿਹਾ ਕਿ ਲੰਬੀ ਦੀ ਰੈਲੀ ਅਸੀਂ ਰਾਜਨੀਤੀ ਖੇਡਣ ਦੇ ਲਈ ਕਰ ਰਹੇ ਹਾਂ। ਇਸ ਨਾਲ ਸੰਬੰਧਿਤ ਹੁਣ ਇਹ ਸਵਾਲ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਰਾਜਨੀਤੀ ਖੇਡਣੀ ਚਾਹੀਦੀ ਹੈ, ਬੇਅਦਬੀ ਕਾਂਡ ਤੇ ਰਾਜਨੀਤੀ ਖੇਡਣੀ ਚਾਹੀਦੀ ਹੈ, ਕਿ ਜਾਂ ਫਿਰ ਬੇਅਦਬੀ ਕਾਂਡ ਦੇ ਦੋਸ਼ੀਆਂ ਤੇ ਕਾਰਵਾਈ ਕਰਨੀ ਚਾਹੀਦੀ ਹੈ? ਇਸ ਬਾਰੇ ਤੁਹਾਡੀ ਕੀ ਰਾਏ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ ਰਾਏ ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ। ਜੇਕਰ ਤੁਸੀਂ ਅਜੇ ਤੱਕ ਦਾ ਪੰਜਾਬ TV ਨੂੰ YouTube ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ, ਤੁਸੀਂ ਇਸੇ ਤਰ੍ਹਾਂ ਹੀ ਦੇਖਦੇ ਰਹੋ ਦਾ ਪੰਜਾਬ TV, ਹਰ ਖਬਰ ਦਾ ਸੱਚ। ਉਹ ਜਿਹੜੀ ਕਨਸਟੀਟਿਊਸ਼ਨ ਦੀ ਸੌਂਹ ਖਾਧੀ ਸੀ ਮੁੱਖ ਮੰਤਰੀ ਨੇ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਬਹਾਲ ਰੱਖਣੀ ਹੈ, ਉਹ ਸੌਂਹ ਦੀ ਉਲੰਘਣਾ ਕੀਤੀ ਹੈ, ਉਹ ਉਸ ਦੀ
ਅੱਜ ਪੰਜਾਬ ਵਿੱਚ ਹਾਲਾਤ ਅਜੇ ਬਣ ਗਏ ਜਿਹੜੇ 25 ਸਾਲ ਪਹਿਲੇ ਤੁਸੀਂ ਦੇਖਿਆ ਹੋਣਾ। ਜਲੰਧਰ ਵਿੱਚ ਬੰਬ ਬਲਾਸਟ ਹੋਣ ਲੱਗ ਗਏ, ਭਿੰਡਰਵਾਲਾ ਟਾਈਗਰ ਫੋਰਸ ਨੇ ਉਹਨੂੰ ਐਕਸੈਪਟ ਕਰ ਲਿਆ। ਆਹ ਜਿਹੜੀਆਂ ਚੀਜ਼ਾਂ ਆ 25 ਸਾਲ ਪਹਿਲੇ ਸ਼ੁਰੂ ਹੋਈਆਂ ਸੀ, ਜਿਹਦੇ ਕਰਕੇ 15 ਸਾਲ ਪੰਜਾਬ 'ਚ ਅੱਗ ਲੱਗੀ ਰਹੀ। ਆਹ ਵੱਡਾ ਕਾਰਨ ਆਹੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਤਾਕਤਾਂ ਨਾਲ ਜੁੜ ਗਿਆ ਜਿਹੜੀ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੀ ਹੈ, ਜਿਹੜਾ ਦੇਸ਼ ਨੂੰ ਵੰਡਣਾ ਚਾਹੁੰਦੀ ਹੈ। ਉਹ ਤਾਕਤਾਂ ਜਿਹੜੀਆਂ ਪੰਜਾਬ 'ਚ ਅੱਗ ਲਾਉਣਾ ਚਾਹੁੰਦੀਆਂ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਸ਼ਹਿ ਦੇ ਰਿਹਾ। ਤੁਸੀਂ ਦੇਖਿਆ ਹੋਣਾ ਫਰੀਦਕੋਟ ਵਿੱਚ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਖਤਮ ਹੋਈ, ਪੰਜਾਬ ਪੁਲਿਸ ਉਹਨਾਂ ਨੂੰ ਤਾਕਤਾਂ ਨੂੰ ਲੈ ਕੇ ਭਾਵੇਂ 100 ਬੰਦੇ ਸੀ ਆਪ ਸਕੌਟ ਕਰਕੇ ਆਮ ਇਨੋਸੈਂਟ ਬੰਦਿਆਂ ਦੀਆਂ ਗੱਡੀਆਂ 'ਤੇ ਅਟੈਕ ਕਰਾਇਆ ਅਤੇ ਦੂਜੀ ਗੱਲ ਕੀਤੀ। ਅੱਜ ਦਿਨ ਦਿਹਾੜੇ ਮਰਡਰ ਹੋ ਰਹੇ ਹੈ, ਕਿਡਨੈਪਿੰਗ ਹੋ ਰਹੀ ਹੈ, ਗੈਂਗਸਟਰ ਵੱਧ ਰਹੇ ਹੈ, ਮੁੱਖ ਮੰਤਰੀ ਆਪਣੇ ਘਰੋਂ ਬਾਹਰ ਨਿਕਲਦਾ ਨਹੀਂ। ਦੂਜੀ ਗੱਲ, ਆ ਜਿਹੜਾ ਇਲੈਕਸ਼ਨ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦਾ ਇਲੈਕਸ਼ਨ ਨੇ ਇੱਕ ਹੋਰ ਗੱਲ ਪ੍ਰੂਵ ਕਰਤੀ ਹੈ ਕਿ ਅਫਸਰਾਂ ਨੂੰ ਕੋਈ ਸੈਂਸ ਆਫ ਸਿਕਿਉਰਿਟੀ ਨਹੀਂ। ਅੱਜ ਜਿਹੜੇ ਅਫਸਰ ਹੈ ਉਹ ਬੇਵੱਸ ਹੋਏ ਪਏ ਹੈ, ਜਿਹੜਾ ਇਹਨਾਂ ਦੇ MLA ਹੈ ਉਹ ਓਫੀਸ਼ੀਅਲੀ ਉਹ ਪੰਜਾਬ ਦੇ ਗੁੰਡੇ ਬਣ ਗਏ ਹੈ। ਅਫਸਰਾਂ ਨੂੰ ਡਰਾਉਂਦੇ ਹੈ, ਧਮਕਾਉਂਦੇ ਹੈ। ਇੱਕ ਦਲੇਰ ਅਫਸਰ ਨੇ ਉਹਨਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ, ਅੱਜ ਉਹਨੂੰ ਵੀ ADC ਮੋਗੇ ਨੇ ਕਿਹਾ ਕਿ ਮੈਂ ਹੁਣ ਇੱਥੇ ਨਹੀਂ ਰਹਿ ਸਕਦਾ ਕਿਉਂਕਿ ਉੱਥੋਂ ਦੇ MLA ਕਹਿ ਰਿਹਾ ਤੇਰੇ ਬੱਚਿਆਂ ਨੂੰ ਮਾਰ ਦਾਂਗੇ, ਤੇਰੇ ਪਰਿਵਾਰ ਨੂੰ ਖਤਮ ਕਰ ਦਾਂਗੇ, ਕਿਉਂਕਿ ਸਾਡੇ ਕਹਿ ਕੇ ਤੂੰ ਅਕਾਲੀ ਦਲ ਦੇ BJP ਦੇ ਕੈਂਡੀਡੇਟਾਂ ਦੇ ਕਾਗਜ਼ ਨਹੀਂ ਰੱਦ ਕੀਤੇ। ਪੰਜਾਬ 'ਚ ਹੋਇਆ ਕੀ ਆ, ਜਿਹੜਾ ਇਲੈਕਸ਼ਨ ਹੈ ਤੁਸੀਂ ਦੇਖੋ, ਭਾਵੇਂ ਡੇਰਾ ਬਾਬਾ ਨਾਨਕ ਹੈ, ਭਾਵੇਂ ਉੱਥੇ ਆਪਣੇ ਗੁਰਦਾਸਪੁਰ ਹੈ, ਭਾਵੇਂ ਜੀਰੇ ਹੈ, ਭਾਵੇਂ ਗੁਰੂ ਅਰਸਾ ਹੈ, ਇਹ ਜੇ ਮੈਂ ਕਈ ਕੌਨਸਟੀਚੁਐਂਸੀ ਦੱਸ ਦਿੰਦਾ ਫਿਰੋਜ਼ਪੁਰ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ BJP ਦੇ ਆਪਣੇ ਜਿਹੜੇ ਕੈਂਡੀਡੇਟਸ ਆ ਉਹਨਾਂ ਨੂੰ ਦਫ਼ਤਰ 'ਚ ਨਹੀਂ ਵੰਡ ਦਿੱਤਾ, ਉਹਨਾਂ ਨੂੰ ਲਾਠੀ ਨਾਲ ਭਜਾ ਕੇ ਉਹਨਾਂ ਦੇ ਨਾਲੇ ਝੂਠੇ ਪਰਚੇ ਕੀਤੇ। ਅੱਜ ਜਿਹੜਾ ਕੱਲ੍ਹ ਪੋਲਿੰਗ ਹੈ, ਸਾਨੂੰ ਪੰਜਾਬ ਦੇ ਵਿੱਚ ਹਰ ਜਗ੍ਹਾ ਤੋਂ ਆਹ ਇਨਫੋਰਮੇਸ਼ਨ ਆ ਰਹੀ ਹੈ ਕਿ ਕਾਂਗਰਸ ਨੇ ਬੂਥ ਕੈਪਚਰਿੰਗ ਕਰਨੀ ਹੈ, ਉਹਨਾਂ ਨੇ ਆਪਣੇ ਗੁੰਡੇ ਤਿਆਰ ਕੀਤੇ ਹੈ ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕੀ ਹੈ ਕਾਂਗਰਸ ਦੀ। ਜਿਹੜੀ ਆਹ ਦੋ ਰੈਲੀ ਸ਼੍ਰੋਮਣੀ ਅਕਾਲੀ ਦਲ BJP ਨੇ ਅਬੋਹਰ ਅਤੇ ਫਰੀਦਕੋਟ ਕੀਤੀਆਂ, ਇਹਨਾਂ ਦੋਨੋਂ ਰੈਲੀਆਂ ਨੇ ਇਹਨੂੰ ਹਿਲਾ ਦਿੱਤਾ ਹੈ। ਇਹਨੂੰ ਪਤਾ ਲੱਗ ਗਿਆ ਕਿ ਲੋਕ ਪੰਜਾਬ ਦੇ ਨਾਲ ਇਹਨਾਂ ਦੇ ਕਾਂਗਰਸ ਨਾਲ ਨਹੀਂ ਹੈ। ਹੁਣ ਉਹਨਾਂ ਘਬਰਾਹਟ 'ਤੇ ਇਹਨਾਂ ਨੇ ਇੰਸਟਰਕਸ਼ਨ ਦਿੱਤੀ ਹੈ ਮੈਨੂੰ, ਕੋਈ ਪੁਲਿਸ ਅਫਸਰ ਨੇ ਵੀ ਦੱਸਿਆ, ਸੀਨੀਅਰ ਪੁਲਿਸ ਅਫਸਰ ਨੇ ਮੈਨੂੰ ਟੈਲੀਫੋਨ ਕਰਕੇ ਦੱਸਿਆ ਕਿ ਸਾਨੂੰ ਇੰਸਟਰਕਸ਼ਨ ਦੇਣੀ ਪੈ ਰਹੀ ਹੈ ਕਿ ਜੋ ਕਾਂਗਰਸੀ ਗੁੰਡੇ ਜੋ ਬੂਥ ਕੈਪਚਰ ਕਰਨ, ਕਬਜ਼ੇ ਕਰਨ, ਗੋਲੀ ਚਲਾਉਣ, ਤੁਸੀਂ ਕੋਈ ਐਕਸ਼ਨ ਨਹੀਂ ਕਰਨਾ। ਕਿਵੇਂ ਨਾ ਕਿਵੇਂ ਕਿਸੇ ਹਾਲਤ 'ਚ ਅਸੀਂ ਇਲੈਕਸ਼ਨ ਜਿੱਤਣਾ। ਸਾਰੇ SSPs ਨੂੰ ਮੁੱਖ ਮੰਤਰੀ ਤਰਫੋਂ ਆਦੇਸ਼ ਦਿੱਤੇ ਗਏ ਆ, ਕੁਛ ਮਰਜ਼ੀ ਕਰਨਾ ਪਏ ਕਾਂਗਰਸ ਨੂੰ ਇਲੈਕਸ਼ਨ 'ਤੇ ਜਿਤਾਓ। ਮੈਂ ਇਲੈਕਸ਼ਨ ਕਮਿਸ਼ਨ, ਮੈਂ ਕਹਿਣਾ ਚਾਹੁੰਦਾ ਪੰਜਾਬ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਇਹਨੂੰ ਤਾਂ ਅਸਤੀਫਾ ਦੇਣਾ ਚਾਹੀਦਾ। ਉਹ ਪੋਸਟ ਦੀ ਮਰਿਆਦਾ, ਮੈਂ ਕਹਿੰਦਾ ਪਹਿਲਾਂ ਇਲੈਕਸ਼ਨ ਕਮਿਸ਼ਨ ਹੈ ਜਿਹਨੇ ਉਸ ਪੋਸਟ ਦੀ ਜਿਹੜੀ ਅਹਿਮੀਅਤ ਨੂੰ ਡਿਸਟਰੋਏ ਕਰ ਦਿੱਤਾ। ਅੱਜ ਪੰਜਾਬ ਦੀ ਲੋਕ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਨੂੰ ਮੰਨਦੇ ਹੀ ਨਹੀਂ ਕਿਉਂਕਿ ਉਹ ਤਾਂ ਕਾਂਗਰਸ ਦੇ ਸਰਕਾਰ ਦੇ ਥੱਲੇ ਐਂ ਲੱਗ ਗਿਆ ਕਿ ਜਿਵੇਂ ਉਹਨਾਂ ਦਾ ਆਪਣਾ ਪਾਰਟੀ ਵਰਕਰ ਹੋਏ। ਜੇ ਇਲੈਕਸ਼ਨ ਕਮਿਸ਼ਨ ਵੀ ਰਲ ਜਾਂਦਾ ਫਿਰ ਇਲੈਕਸ਼ਨ ਕਮਿਸ਼ਨ ਦੀ ਪੋਸਟ ਬਣਾਉਣ ਦਾ ਕੀ ਫਾਇਦਾ ਹੈ? ਆਹ ਜਿਹੜੇ ਇਲੈਕਸ਼ਨ ਕਮਿਸ਼ਨ ਦੀ ਪੋਸਟ ਨੂੰ, ਖਾਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਇਮੀਡੀਏਟਲੀ, ਮੈਂ ਗਵਰਨਮੈਂਟ ਆਫ ਇੰਡੀਆ ਦੇ ਸੈਂਟਰਲ ਇਲੈਕਸ਼ਨ ਕਮਿਸ਼ਨ ਜਿਹੜਾ ਬੜੇ ਫਰੀ ਐਂਡ ਫੇਅਰ ਤਰੀਕੇ ਨਾਲ ਦੇਸ਼ 'ਚ ਇਲੈਕਸ਼ਨ ਕਰਾਉਂਦੇ ਹੈ, ਮੈਂ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਸੈਂਟਰ ਦੇ ਇਲੈਕਸ਼ਨ ਕਮਿਸ਼ਨ ਨੂੰ ਰੱਖਣਾ ਟੈਲੀਫੋਨ ਕਰ ਰਹੇ ਹਾਂ ਅਤੇ ਨਾਲੇ ਉਹਨਾਂ ਨੂੰ ਚਿੱਠੀ ਲਿਖ ਰਹੇ ਸ਼੍ਰੋਮਣੀ ਅਕਾਲੀ ਦਲ BJP ਧਰਮੋਂ ਕਿ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਨੂੰ
ਡਿਸਮਿਸ ਕੀਤਾ ਜਾਏ ਕਿਉਂਕਿ ਉਹ ਫਿੱਟ ਨਹੀਂ ਹੈ, ਕਿਉਂਕਿ ਲੋਕ ਇਨਸਾਫ ਚਾਹੁੰਦੇ ਆ ਅਤੇ ਇਨਸਾਫ ਦੇਣ ਨੂੰ ਉਹ ਤਿਆਰ ਨਹੀਂ।